ਸਸ਼੍ਰੀ ਗਾਲ ਜੀ ਪੰਜਾਬ ਦੇ ਦਿਨ ਭਰ ਦੀਆਂ ਖਬਰਾਂ ਲੈ ਕੇ ਮੈਂ ਹਰਜੋਤ कौर ਹਾਜ਼ਿਰਾਂ ਤੇ ਗੱਲ ਕਰਦੀ ਅੱਜ ਕੀ ਕੁਝ ਖਾਸ ਰਿਹਾ ਤਾਂ ਕਾਫੀ ਖਬਰਾਂ ਜੋ ਅਸੀਂ ਕਹਿ ਸਕਦੇ ਆ ਖਾਸ ਰਹੀਆਂ ਨੇ ਤੇ ਕਾਫੀ ਸਿਆਸੀ ਕਮਸਾਨ ਵੀ ਚੱਲਦਾ ਰਿਹਾ ਪਰ ਅਗਰ ਅਸੀਂ ਗੱਲ ਕਰੀਏ ਤਾਂ ਅੱਜ ਆਪ ਦੇ ਵਫਦ ਨੇ ਜੋ ਹੈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਮੁਲਾਕਾਤ ਕੀਤੀ ਅਤੇ ਜੋ ਫੰਡ ਰੋਕੇ ਗਏ ਹਨ ਉਹ ਜਿਹੜੇ ਵਿਕਾਸ ਕਾਰਜ ਕਰਨਾ ਚਾਹੁੰਦੇ ਨੇ ਆਪਣੇ ਹਲਕੇ ਦੇ ਤੇ ਉਹ ਨਹੀਂ ਕਰ ਪਾ ਰਹੇ ਉਹਨਾਂ ਫੰਡਾਂ ਨੂੰ ਜਾਰੀ ਕਰਨ ਬਾਰੇ ਵਫਦ ਨੇ ਮੁਲਾਕਾਤ ਕੀਤੀ ਤੇ ਸੀਐਮ ਚੰਨੀ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਜਲਦੀ ਹੀ ਉਨਾ ਨੂੰ ਇਹ ਫੰਡ ਜਾਰੀ ਕਰ ਕਿਤੇ ਜਾਣਗੇ ਦੂਜੇ ਪਾਸੇ ਪੰਜਾਬ ਦੇ ਵਿੱਚ ਜੋ ਡੀਏਪੀ ਸੰਕਟ ਕਾਫੀ ਚਿਰ ਤੋਂ ਗਹਿਰਾ ਆ ਰਿਹਾ ਸੀ ਤੇ ਜੋ ਖਾਦ ਦੀ ਪੂਰਤੀ ਨਹੀਂ ਹੋ ਪਾਰੀ ਸੀ ਇਸ ਨੂੰ ਲੈ ਕੇ ਪੰਜਾਬ ਦੇ ਸੂਬੇ ਦੇ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਬਾ ਨੇ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਮਨਸੂਖ ਮੰਡਵਿਆ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੇ ਭਰੋਸਾ ਦਿੱਤਾ ਕੇਂਦਰ ਵੱਲੋਂ ਭਰੋਸਾ ਦਿੱਤਾ ਗਿਆ ਕਿ ਜਲਦੀ ਹੀ ਜੋ 17 ਰੈਕ ਡੀਏਪੀ ਖਾਦ ਹੈ ਉਹ ਪੰਜਾਬ ਦੇ ਵਿੱਚ ਪਹੁੰਚਾ ਦਿੱਤੀ ਜਾਏਗੀ ਅੱਗੇ ਗੱਲ ਕਰੀਏ ਤਾਂ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮંત્રી ਪਰਗਟ ਸਿੰਘ ਜੋ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਇੱਕ ਮੁੱਦਾ ਚੱਲ ਰਿਹਾ ਸੀ ਕਿ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਭਰਤੀ ਨਹੀਂ ਕੀਤੀ ਜਾ ਰਹੀ ਸੋ ਉਹਨਾਂ ਨੇ ਅੱਜ ਯਕੀਨੀ ਬਣਾਇਆ ਕਿ 45 ਦਿਨਾਂ ਦੇ ਅੰਦਰ ਜੋ ਹੈ 1158 ਸਾਮੀਆਂ ਦੀ ਭਰਤੀ ਕੀਤੀ ਜਾਵੇਗੀ ਅਤੇ ਨਾਲ ਹੀ ਪੰਜਾਬ ਦੇ ਸਿਹਤ ਅਤੇ ਉਪ ਮੁੱਖ ਮੰਤਰੀ ਓਪੀ ਸੋਨੀ ਨੇ ਜੋ ਹੈ ਡੇਂਗੂ ਦੇ ਵਾਧੇ ਮਾਮਲਿਆਂ ਨੂੰ ਵੇਖਦਿਆਂ ਹੋਇਆ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਡੇਂਗੂ ਟੈਸਟ ਦੀ ਕੀਮਤ ਜੋ ਹੈ ਫਿਕਸ ਕੀਤੀ ਤੈਅ ਕਰ ਦਿੱਤੀ ਕਿ 600 ਤੋਂ ਵੱਧ ਕੋਈ ਵੀ ਜੋ ਪ੍ਰਾਈਵੇਟ ਹਸਪਤਲ ਹੈ ਨਿੱਜੀ ਹਸਪਤਲ ਹੈ ਇਸ ਤੋਂ ਜ਼ਿਆਦਾ ਨਹੀਂ ਲੇ ਸਕਦਾ ਕਿਸੇ ਵੀ ਵਿਅਕਤੀ ਤੋਂ ਤੇ ਦੂਜੇ ਪਾਸੇ ਜਿੰਨੇ ਵੀ ਸਰਕਾਰੀ ਹਸਪਤਾਲ ਨੇ ਉੱਥੇ ਤਾਂ ਫ੍ਰੀ ਡੇਂਗੂ ਟੈਸਟ ਹੋ ਹੀ ਰਹੇ ਨੇ ਪਰ ਨਿੱਜੀ ਹਸਪਤਾਲਾਂ ਦੇ ਲਈ ਟੈਸਟ ਦੇ ਲਈ ਜੋ ਹੈ ਸਿਰਫ 600 ਰੁਪਿਆ ਤੈਅ ਕਰ ਦਿੱਤਾ ਗਿਆ ਸੋ ਖਬਰਾਂ ਦੀ ਸ਼ੁਰੂਆਤ ਵਿੱਚ ਗੱਲ ਕਰਦੇ ਹਾਂ ਪੰਜਾਬ ਦੀ ਸਿਆਸਤ ਤੋਂ ਸੋ ਪੰਜਾਬ ਦੇ 2022 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਆਪਣਾ ਪੂਰਾ ਦਮਖੰਮ ਲਗਾ ਰਹੀਆਂ ਨੇ ਤੇ ਅਜੇ ਵਿੱਚ ਕਾਂਗਰਸ ਪਾਰਟੀ ਵੱਲੋਂ ਵੀ ਬਹੁਤ ਸਾਰੇ ਲੋਕ ਮੁੱਦਿਆਂ ਨੂੰ ਲੈ ਕੇ ਨਵੇਂ ਕੰਮ ਕੀਤੇ ਜਾ ਰਹੇ ਹਨ ਤੇ ਅਸੀਂ ਜਾਣਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਜੋ ਕਿ ਅਕਸਰ ਗੱਲ ਕਰਦੇ ਨੇ ਲੋਕ ਹਿੱਤਾਂ ਦੀ ਲੋਕ ਮੁੱਦਿਆਂ ਦੀ ਤੇ ਇਸੇ ਨੂੰ ਲੈ ਕੇ ਉਹਨਾਂ ਨੇ ਜੋ ਹੈ ਚਾਰ ਪੰਨਿਆਂ ਦਾ ਪੱਤਰ ਵੀ ਲਿਖਿਆ ਕਿ ਕਿਹੜੇ 13 ਮੁੱਦਿਆਂ ਦੇ ਉੱਪਰ ਪਹਿਲਾਂ ਕੰਮ ਹੋਣਾ ਚਾਹੀਦਾ ਸੋ ਆਉਣ ਵਾਲੀ ਵਿਧਾਨ ਸਭਾ ਚੋਣਾਂ ਇਹ 2022 ਦੀ ਆਪਾਂ ਗੱਲ ਕਰ ਲਈਏ ਕਿਸ ਤਰ੍ਹਾਂ ਦਾ ਚਿਹਰਾ ਉੱਭਰ ਕੇ ਆ ਸਕਦਾ ਹੈ ਨਵਜੋਤ ਸਿੰਘ ਸਿੱਧੂ ਦਾ ਕਿਸ ਤਰ੍ਹਾਂ ਦਾ ਸਿਆਸੀ ਭਵਿਕ ਵਿਖਦਾ ਹੈ ਇਹ ਸਭ ਬਾਰੇ ਗੱਲ ਕਰਦੇ ਆਂ ਤੇ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਨਵਜੋਤ ਸਿੰਘ ਸਿੱਧੂ ਦੇ ਮੀਡੀਆ ਸਲਾਹਕਾਰ ਅਤੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਜੀ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਖਰਦੂ ਜੀ ਜੀ ਇੱਥੇ ਮੈਂ ਜ਼ਰੂਰ ਜਾਣਨਾ ਚਾਹਾਂਗੀ ਕਿਉਂਕਿ ਪੰਜਾਬ ਦੇ ਜੋ ਲੋਕ ਨੇ ਇੱਥੇ ਜ਼ਰੂਰ ਜਾਣਨਾ ਚਾਹੁੰਦੇ ਨੇ ਕਿਉਂਕਿ ਨਵਜੋਤ ਸਿੰਘ ਸਿੱਧੂ ਲਗਾਤਾਰ ਲੋਕਾਂ ਨਾਲ ਜੁੜੇ ਮੁੱਦਿਆਂ ਦੀ ਗੱਲ ਕਰ ਰਹੇ ਨੇ ਤਾਂ ਕਿਸ ਤਰੀਕੇ ਦਾ ਪਵਿੱਖ ਸਿਆਸੀ ਪਵਿੱਖ ਦਿਖਦਾ ਹੈ ਨਵਜੋਤ ਸਿੰਘ ਸਿੱਧੂ ਦਾ ਕਿਉਂਕਿ ਲੋਕਾਂ ਦਾ ਬਹੁਤ ਹੀ ਹੁਣ ਵਿਸ਼ਵਾਸ ਬੰਦਾ ਜਾ ਰਿਹਾ ਨਵਜੋਤ ਸਿੰਘ ਸਿੱਧੂ ਦੇ ਉੱਪਰ ਦੇਖੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਜੀ ਨਵਜੋਤ ਸਿੰਘ ਸਿੱਧੂ ਬਹੁਤ ਵਿਜ਼ਨਰੀ ਲੀਡਰ ਨੇ ਔਰ ਪੰਜਾਬ ਦੇ ਲਈ ਜਿਸ ਇਮਾਨਦਾਰੀ ਨਾਲ ਜਿਸ ਸ਼ਿੱਦਤ ਨਾਲ ਜਿਸ ਮਿਹਨਤ ਨਾਲ ਜਿਸ ਕਮਿਟਮੈਂਟ ਨਾਲ ਔਰ ਜਿਸ ਹੌਸਲੇ ਨਾਲ ਉਹ ਲੱਗੇ ਹੋਏ ਨੇ ਜੀ ਨਿਸ਼ਚਿਤ ਤੌਰ ਦੇ ਉੱਤੇ ਨਵਜੋਤ ਸਿੰਘ ਸਿੱਧੂ ਉਹ ਚਿਹਰਾ ਹੈ ਜਿਹਨੂੰ ਪੰਜਾਬ ਦੇ ਲੋਕ ਦੇਖ ਰਹੇ ਨੇ ਕਿ ਜਦੋਂ ਨਵਜੋਤ ਸਿੰਘ ਸਿੱਧੂ ਦੇ ਹੱਥ 'ਚ ਸਿੱਧੀ ਤਾਕਤ ਆਈ ਜਿੱਥੇ ਨਵਜੋਤ ਸਿੰਘ ਸਿੱਧੂ ਫੈਸਲਾ ਲੈਣ ਦੀ ਸਥਿਤੀ 'ਚ ਹੋਣਗੇ ਤੇ ਲੋਕ ਐਕਸਪੈਕਟ ਕਰਦੇ ਨੇ ਕਿ ਫਿਰ ਨਵਜੋਤ ਸਿੰਘ ਸਿੱਧੂ ਨਿਸ਼ਚਿਤ ਤੌਰ 'ਤੇ ਪੰਜਾਬ ਨੂੰ ਇਸ ਆਰਥਿਕ ਮੰਦਹਾਰੀ ਤੋਂ ਬਾਹਰ ਕੱਢਣਗੇ ਸਾਡੀ ਕਿ ਸਭ ਤੋਂ ਵੱਡੀ ਚੁਣੌਤੀ ਹੈ ਨਾ ਜੀ ਜਿਹੜੀ ਜੀ ਜੀ ਉਹ ਇਹੀ ਹੈ ਕਿ ਅਸੀਂ ਜਿਹੜੇ ਪੰਜਾਬ ਦੇ ਕੁਦਰਤੀ ਸੌਮੇ ਨੇ ਅਸੀਂ ਉਹਨਾਂ ਤੋਂ ਕਿਵੇਂ ਪੰਜਾਬ ਦੇ ਲਈ ਮਾਲੀਆ ਅਰਜਿਤ ਕਰੀਏ ਅੱਜ ਦਾ ਸਮਾਂ ਮਾਫੀਆ ਪੰਜਾਬ ਨੂੰ ਲੁੱਟ ਰਿਹਾ ਦੇਖੋ ਭਾਵੇਂ ਡੇਟਾ ਭਾਵੇਂ ਸ਼ਰਾਬ ਹੈ ਐਕਸਾਈਜ਼ ਚੋਰੀ ਹੈ ਭਾਵੇਂ ਪੰਜਾਬ ਦੇ ਹੋਰ ਕੁਦਰਤੀ ਸੌਮੇ ਨੇ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਗਲਤ ਵਰਤੋਂ ਕਰਕੇ ਜੀ ਨਿੱਜੀ ਜੇਬਾਂ 'ਚ ਭਰਿਆ ਜਾ ਰਿਹਾ ਜਦਕਿ ਉਹ ਸਰਕਾਰੀ ਖਜ਼ਾਨੇ 'ਚ ਜਾਣਾ ਚਾਹੀਦਾ ਸੀ ਬਿਲਕੁਲ ਜੀ ਮਨਜੋਤ ਸਿੰਘ ਸਿੱਧੂ ਉਹ ਕਿਰਦਾਰ ਹੈ ਜਿਹੜਾ ਇਹ ਤੈਅ ਕਰੀ ਬੈਠਾ ਹੈ ਕਿ ਜਦੋਂ ਮੌਕਾ ਲੱਗਿਆ ਹੂੰ ਹੂੰ ਤੇ ਪੰਜਾਬ ਦਾ ਉਹ ਕੁਦਰਤੀ ਸੌਮਿਆ ਦਾ ਖਜ਼ਾਨਾ ਜਿਹੜਾ ਨਿੱਜੀ ਨਿੱਜੀ ਜੇਬਾਂ 'ਚ ਜਾ ਰਿਹਾ ਉਹ ਨਿੱਜੀ ਜੇਬਾਂ 'ਚ ਨਹੀਂ ਜਾਊਗਾ ਉਹ ਸਰਕਾਰੀ ਖਜ਼ਾਨੇ 'ਚ ਜਾਊਗਾ ਦੇਖੋ ਜੀ ਜੀ ਜਿਹੜਾ ਕਿਸੇ ਦਾ ਹੱਕ ਹੈ ਕਿਸੇ ਦੀ ਹੱਕ ਦੀ ਕਮਾਈ ਹੈ ਕਿਸੇ ਦਾ ਵਪਾਰ ਹੈ ਉਹ ਉਹਦੇ ਤੇ ਕੋਈ ਇਤਰਾਜ਼ ਨਹੀਂ ਕਿਸੇ ਦਾ ਜੀ ਜੀ ਜਿਹੜਾ ਐਕਸਾਈਜ਼ ਦੀ ਚੋਰੀ ਕਰਕੇ ਜੀ ਗੈਰ ਕਾਨੂੰਨੀ ਮਾਈਨਿੰਗ ਕਰਕੇ ਹਮ ਗੈਰ ਕਾਨੂੰਨੀ ਤੌਰ ਤੇ ਪੰਜਾਬ ਦੇ ਪਾਣੀ ਤੋਂ ਕਰਕੇ ਜੀ ਔਰ ਕਰਾਪਸ਼ਨ ਕਰਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਗਲਤ ਤਰੀਕੇ ਦੇ ਨਾਲ ਭਾਵੇਂ ਟ੍ਰਾਂਸਪੋਰਟ ਸੈਕਟਰ ਹੈ ਹੂੰ ਹੂੰ ਜਿਹੜਾ ਜਿਹੜਾ ਸਰਕਾਰੀ ਖਜ਼ਾਨੇ 'ਚ ਜਾ ਸਕਦਾ ਉਹ ਵੀ ਪ੍ਰਾਈਵੇਟ ਪਾਸੇ ਜਾ ਰਿਹਾ ਹੈ ਪ੍ਰਾਈਵੇਟ ਪ੍ਰਾਈਵੇਟਾਈਜੇਸ਼ਨ ਦੇ ਖਿਲਾਫ ਨਹੀਂ ਲਬਜੋਸ਼ੀ ਸਿੱਧੂ ਜਿੱਤਕ ਮੈਂ ਸਮਝਾ ਜੀ ਜੀ ਲਬਜੋਸ਼ੀ ਸਿੱਧੂ ਕਹਿੰਦੇ ਨੇ ਕਿ ਸਿਹਤਮੰਦ ਮੁਕਾਬਲਾ ਹੋਵੇ ਇਹ ਨਾ ਹੋਵੇ ਕਿ ਸਿਰਫ ਪ੍ਰਾਈਵੇਟ ਬੱਸਾਂ ਹੀ ਪੰਜਾਬ 'ਚ ਤਰਜੀਹ ਦਵੇ ਤੇ ਸਰਕਾਰੀ ਬੱਸਾਂ ਵਾਲੇ ਪਾਸੇ ਅਸੀਂ ਤਰਜੀਹ ਨਾ ਪਈਏ ਜੀ 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 ਸਰਕਾਰੀ ਬੱਸਾਂ ਦੇ ਪਾਸੇ ਵੀ ਤਰਜੀਹ ਆਵੇ ਪ੍ਰਾਈਵੇਟ ਪਾਸੇ ਵੀ ਤਰਜੀਹ ਹੋਵੇ ਜੀ ਪਰ ਸਾਰੇ ਜਿਹੜੇ ਉਦਯੋਗ ਨੇ ਉਹਨਾਂ ਦੇ ਪਾਸੇ ਵੀ ਤਰਜੀਹ ਹੋਵੇ ਪਰ ਫਿਰ ਪਸ ਸਰਕਾਰੀ ਜੀ ਉਦਮਾ ਦੀ ਕਾਸਟ ਤੇ ਨਹੀਂ ਜੀ 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 ਇਹ ਨਵਜੋ ਸਿੰਘ ਸਿੱਧੂ ਦੀ ਸੋਚ ਹੈ ਇਹ ਪੰਜਾਬ ਮਾਡਲ ਉਹਨਾਂ ਦਾ ਕਹਿੰਦਾ ਵੀ ਅਸੀਂ ਪੰਜਾਬ ਮਾਡਲ 'ਚ ਨਵਜੋ ਸਿੰਘ ਸਿੱਧੂ ਅਕਸਰ ਗੱਲ ਕਰਦੇ ਨੇ ਕਿ ਰੋਜ਼ਗਾਰ ਕਿੱਦਾਂ ਆਊਗਾ ਜਦੋਂ ਅਸੀਂ ਖਜ਼ਾਨੇ 'ਚ ਪੈਸੇ ਲੈ ਕੇ ਆਵਾਂਗੇ ਤੇ ਨੌਕਰੀਆਂ ਵੀ ਪੱਕੀਆਂ ਜਾਣਗੀਆਂ ਜੀ ਫਿਰ ਬੇਰੋਜ਼ਗਾਰੀ ਵੀ ਦੂਰ ਹੋਣੀ ਹੈ ਫਿਰ ਖੇਤੀਬਾੜੀ ਸੈਕਟਰ ਜਿਹੜਾ ਉਹਨੂੰ ਕਿੱਦਾਂ ਫਲਾਰਾ ਮਿਲਣਾ ਐਮਐਸਪੀ ਵੀ ਦੇਣ ਦੀ ਯੋਜਨਾ ਨਵਜੋ ਸਿੰਘ ਸਿੱਧੂ ਉਹਨਾਂ ਦੇ ਪੰਜਾਬ ਮਾਡਲ ਦੇ ਵਿੱਚ ਹੈ ਜੀ ਜੀ ਜਿਵੇਂ ਜਿਵੇਂ ਸਮਾ ਅੱਗੇ ਵਧੂਗਾ ਨਵਜੋਤ ਸਿੰਘ ਸਿੱਧੂ ਦੇ ਮੁੱਦਿਆਂ ਨੂੰ ਪੰਜਾਬ ਦੇ ਪ੍ਰਤੀ ਉਹਨਾਂ ਦੀ ਸੋਚ ਨੂੰ ਹੂੰ ਇੱਕ ਹੋਰ ਡਹਿਰਾਈ ਦੇ ਨਾਲ ਉਹਨਾਂ ਦੀ ਸੋਚ ਹੈ ਜਿਹੜੀ ਪਹੁੰਚੂਗੀ ਔਰ ਹੁਣ ਵੀ ਜਿਵੇਂ ਮੈਂ ਵਕਫ ਵਕਫਾਾਂ ਤੇ ਦੇਖਦਾ ਪਿੰਡਾਂ ਚ ਤਾਨਾ ਜਾਨਾ ਜੀ ਤੇ ਲੋਕ ਨਵਜੋਤ ਸਿੰਘ ਸਿੱਧੂ ਦੀ ਭਾਵਨਾ ਨੂੰ ਵੀ ਸਮਝ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਸ਼ੁੱਧ ਰੂਪ ਚ ਇੱਕ ਪੰਜਾਬ ਹਕਤਾਸ਼ੀ ਲੇਖਕ ਹੈ ਤੇ ਸਾਨੂੰ ਇੱਕ ਵਾਰੀ ਅਗਰ ਨਵਜੋਤ ਸਿੰਘ ਸਿੱਧੂ ਉਸ ਜਗ੍ਹਾ ਤੇ ਆ ਗਿਆ ਜਿੱਥੇ ਨਵਜੋਤ ਸਿੰਘ ਸਿੱਧੂ ਟਾਟਟ ਦੇ ਨਾਲ ਫੈਸਲੇ ਕਰ ਸਕਣਗੇ ਨਿਸ਼ਚਿਤ ਤੌਰ ਤੇ ਪੰਜਾਬ ਦਾ ਬਹੁਤ ਵੱਡਾ ਫ਼ਸਦਾਰ ਹੋਗਾ ਔਰ ਮੈਨੂੰ ਇਹ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਦੇਖਣੇ ਪੰਜਾਬ ਦਾ ਆਉਣ ਵਾਲੇ ਸਮੇਂ ਚ ਲੋਕ ਹੁਣ ਦੀ ਤਰ੍ਹਾਂ ਹੀ ਨਵਜੋਤ ਸਿੰਘ ਸਿੱਧੂ ਦੇ ਨਾਲ ਖੜਨਗੇ ਕਿਉਂਕਿ ਇੱਕ ਵਾਰੀ ਜਿਹੜਾ ਮੌਜੂਦਾ ਸਿਸਟਮ ਹੈ ਜਿਹਦੇ ਵਿੱਚ ਡਿਲੀਵਰੀ ਨਹੀਂ ਹੁੰਦੀ ਉਹ ਸਿਸਟਮ ਲਾਰੇ ਵਾਲਾ ਸਿਸਟਮ ਹੈ ਜੀ ਆਹ ਕਰਾਂਗੇ ਅਸੀਂ ਆਹ ਕਰਾਂਗੇ ਅਸੀਂ ਆਹ ਕਰਾਂਗੇ ਅਸੀਂ ਆਹ ਕਰਾਂਗੇ ਡਿਲੀਵਰੀ ਵਾਲਾ ਸਿਸਟਮ ਆ ਗਿਆ ਔਰ ਜਿਹੜੀ ਤੁਸੀਂ ਚਿੱਠੀ ਦੀ ਗੱਲ ਕੀਤੀ ਹੈ ਕਿ ਕਿਹੜੇ ਨਾਲ ਸਪੋਇੰਟ ਚੱਕੇ ਨੇ ਜੀ 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 ਨਸ਼ਿਆਂ ਤੋਂ ਕਿਵੇਂ ਬਚਾਉਣਾ ਹੈ ਅਸੀਂ بے ਰੋਜ਼ਗਾਰੀ ਕਿਵੇਂ ਦੂਰ ਕਰਨੀ ਹੈ ਕੁਦਰਤੀ ਸ਼ਰਮੇ ਕਿਵੇਂ ਬਚਾਉਣੇ ਨੇ ਸਾਰੇ ਭਾਈਚਾਰਿਆਂ ਨੂੰ ਅਸੀਂ ਮંત્રી ਮੰਡਲ ਤੇ ਤਾਂ ਕਿਵੇਂ ਦੇਣਾ ਹੈ ਹੂੰ ਹੂੰ ਜਿਹੜੇ ਜਿਹੜੇ ਗਲਤ ਸਮਝੌਤੇ ਨੇ ਉਹ ਕਿਵੇਂ ਰੱਦ ਹੋਣ ਬਿਜਲੀ ਸਸਤੀ ਕਿਵੇਂ ਹੋਵੇ ਸੋ ਸਾਰੇ ਪਾਸੇ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਧਿਆਨ ਹੈ ਤੇ ਹਾਈ ਕਮਾਂਡ ਦੇ ਧਿਆਨ 'ਚ ਵੀ ਹੈ ਸਾਰੀਆਂ ਗੱਲਾਂ ਤੇ ਸਭ ਪਿਆਰੇ ਜੀ 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 ਬਿਲਕੁਲ ਸਹੀ ਕਿਉਂਕਿ ਅਸੀਂ ਦੇਖ ਸਕਦੇ ਹਾਂ ਜਿਹੜੇ ਵੀ ਮੁੱਦਿਆਂ ਦੇ ਉੱਪਰ ਉਹ ਗੱਲ ਕਰ ਰਹੇ ਨੇ ਉਹ ਸਿੱਧੇ ਤੌਰ ਤੇ ਪੰਜਾਬ ਦੇ ਲੋਕਾਂ ਨਾਲ ਜੁੜੇ ਹੋਏ ਮੁੱਦੇ ਨੇ ਪੰਜਾਬ ਦੇ ਲੋਕਾਂ ਦੀ ਜੇਬਾਂ ਦੇ ਨਾਲ ਜੁੜੇ ਹੋਏ ਮੁੱਦੇ ਨੇ ਸੋ ਬਹੁਤ ਬਹੁਤ ਧੰਨਵਾਦ ਸੁਵਿੰਦਰ ਡੱਲਾ ਜੀ ਤੁਸੀਂ ਸਾਡੇ ਨਾਲ ਜੁੜੇ ਤੇ ਜਾਣਕਾਰੀ ਸਾਂਝੀ ਕੀਤੀ ਸਾਡੇ ਨਾਲ ਰੁਕ ਕਰਦੇ ਹਾਂ ਅਗਲੀ ਖਬਰ ਵੱ ਦੇ ਲਈ ਵੀ ਯੂਪੀ ਵਿੱਚ ਕਾਂਗਰਸ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਜਾਈਏ ਕਿ ਕਾਂਗਰਸੀ ਜਨਰਲ ਸਕੱਤਰ ਅਤੇ ਯੂਪੀ ਕਾਂਗਰਸ ਇਨਚਾਰਜ ਪ੍ਰਿਯੰਕਾ ਗਾਂਧੀ ਨੇ ਐਲਾਨ ਕੀਤਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਲਈ ਯੂਪੀ ਦੇ ਵਿੱਚ 40% ਦੀ ਟਿਕਟਾਂ ਕਾਂਗਰਸ ਵੱਲੋਂ ਮਹਿਲਾਵਾਂ ਨੂੰ ਦਿੱਤੀਆਂ ਜਾਣਗੀਆਂ ਤੇ ਨਾਲ ਦੀ ਨਾਲ ਲੜਕੀ ਹੂੰ ਲੜ ਸਕਤੀ ਹੂੰ ਇਹ ਨਾਰਾ ਵੀ ਦਿੱਤਾ ਗਿਆ ਅਤੇ ਪ੍ਰਿਯੰਕਾ ਗਾਂਧੀ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਇਹ ਜੋ ਮਾਡਲ ਯੂਪੀ ਮਾਡਲ ਬਣਾਇਆ ਗਿਆ ਹੈ ਜਿਸ ਦੇ ਵਿੱਚ ਮਹਿਲਾਵਾਂ ਨੂੰ 40% ਮਹਿਲਾਵਾਂ ਨੂੰ ਜੋ ਟਿਕਟਾਂ ਦਿੱਤੀਆਂ ਕਿ ਹੋਰ ਸੂਬਿਆਂ ਵਿੱਚ ਵੀ ਇਸ ਨੂੰ ਲਾਗੂ ਕੀਤਾ ਜਾਏਗਾ ਤਾਂ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਵਿੱਚ ਸਾਫ਼ ਕਰ ਦਿੱਤਾ ਕਲੀਅਰ ਕਰ ਦਿੱਤਾ ਕਿ ਮੈਂ ਫਿਲਹਾਲ ਜੋ ਹਾਂ ਯੂਪੀ ਦੀ ਇਨਚਾਰਜ ਹਾਂ ਇਸ ਕਰਕੇ ਮੈਂ ਯੂਪੀ ਲਈ ਇਹ ਫੈਸਲਾ ਲਿਆ ਹੈ ਪਰ ਬਾਕੀ ਸੂਬੇ ਵੀ ਜੋ ਹੈ ਇਸ ਮਾਡਲ ਨੂੰ ਅਪਣਾ ਸਕਦੇ ਨੇ ਸੋ ਇੱਕ ਵੱਡਾ ਐਲਾਨ ਅੱਜ ਕੀਤਾ ਗਿਆ ਯੂਪੀ ਦੇ ਵਿੱਚ ਕਾਂਗਰਸ ਜਨਨਸਕੱਤਰ ਅਤੇ ਯੂਪੀ ਦੇ ਵਿੱਚ ਕਾਂਗਰਸ ਇਨਚਾਰਜ ਪ੍ਰਿਯੰਕਾ ਗਾਂਧੀ ਵੱਲੋਂ ਕਿ 40% ਜੋ ਟਿਕਟਾਂ ਨੇ ਮਹਿਲਾਵਾਂ ਨੂੰ ਦਿੱਤੀਆਂ ਜਾਣਗੀਆਂ ਸੋ ਤਿਆਰੀ ਸ਼ੁਰੂ ਕਰ ਦਿੱਤੀ ਹੈ ਵੱਡੇ ਐਲਾਨ ਦੇ ਨਾਲ ਕਿ 40% ਟਿਕਟਾਂ ਮਹਿਲਾਵਾਂ ਨੂੰ ਦੇ ਕੇ ਯੂਪੀ ਵਿਧਾਨ ਸਭਾ ਦੀ ਜੋ ਚੋਣਾਂ ਦੀ ਲੜਾਈ ਲੜੀ ਜਾਏਗੀ ਸੋ ਕਿਸ ਤਰੀਕੇ ਦਾ ਇਸ ਐਲਾਨ ਦਾ ਅਸਰ ਪੈਂਦਾ ਹੈ ਆਉਣ ਵਾਲੇ ਕੁਝ ਦਿਨਾਂ ਵਿੱਚ ਜ਼ਰੂਰ ਦੇਖੀ ਜਾਏਗਾ ਰੁਕ ਕਰਦੇ ਹਾਂ ਅਗਲੀ ਖਬਰ ਵੱਲ ਇਸਨਾਲੀ ਸ਼੍ਰੋਮਣੀ ਕਾਲੀ ਦਲ ਨੇ ਵੀ 2022 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਆਪਣੇ ਚਾਰ ਹੋਰ ਉਮੀਦਵਾਰਾਂ ਦੇ ਨਾਵਾਂ ਦਾ ਅੱਜ ਐਲਾਨ ਕਰ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਇਹਨਾਂ ਚਾਰ ਨਾਵਾਂ ਦੇ ਨਾਲ ਹੁਣ ਤੱਕ ਸ਼੍ਰੋਮਣੀ ਕਾਲੀ ਦਲ ਵੱਲੋਂ ਐਲਾਨੇ ਗਏ ਉਮੀਦਵਾਰਾਂ ਦੀ ਜੋ ਗਿਣਤੀ ਹੈ 74 ਹੋ ਚੁੱਕੀ ਹੈ ਜੀ ਹਾਂ ਹੁਣ ਤੱਕ 74 ਉਮੀਦਵਾਰਾਂ ਦੇ ਨਾਮ ਦਾ ਐਲਾਨ ਸ਼੍ਰੋਮਣੀ ਕਾਲੀ ਦਲ ਕਰ ਚੁੱਕੀ ਹੈ ਤੇ ਅੱਜ ਜਿਹੜੇ ਚਾਰ ਉਮੀਦਵਾਰ ਦੇ ਨਾਮ ਐਲਾਨੇ ਗਏ ਨੇ ਉਹਨਾਂ ਦਾ ਵੇਰਵਾ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਵਿਧਾਨ ਸਭਾ ਹਲਕਾ ਸੁਨਾਮ ਤੋਂ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਮੰਤਰੀ ਗੋਬਿੰਦ ਸਿੰਘ ਲੋਂਗੋਵਾਲ ਲਹਿਰਾਗਾਗਾ ਤੋਂ ਸ਼੍ਰੀ ਹਰਪਾਲ ਜੁਨੇਜਾ ਪਟਿਆਲਾ ਸ਼ਹਿਰੀ ਤੋਂ ਅਤੇ ਸਰਦਾਰ ਹਰਦੇਵ ਸਿੰਘ ਮੇਗ ਗੋਬਿੰਦਗੜ ਹਲਕਾ ਬਲੂਆਣਾ ਰੱਖਵਾ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ ਤੁਹਾਨੂੰ ਦੱਸ ਦਈਏ ਅੱਜ ਐਲਾਨੇ ਚਾਰ ਉਮੀਦਵਾਰਾਂ ਸਮੇਤ ਪਾਰਟੀ ਹੁਣ ਤੱਕ 74 ਉਮੀਦਵਾਰਾਂ ਦਾ ਨਾਮ ਦਾ ਐਲਾਨ ਕਰ ਚੁੱਕੀ ਹੈ ਇਹ ਜਾਣਕਾਰੀ ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਦਿੱਤੀ ਹੈ ਸੋਸ਼ਲ ਰੋਮਨੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2022 ਵਿੱਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਪਾਰਟੀ ਦੇ ਚਾਰ ਹੋਰ ਅਧਿਕਾਰਿਤ ਉਮੀਦਵਾਰਾਂ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ ਹੁਣ ਗੱਲ ਕਰਦੇ ਹਾਂ ਨਿਹੰਗ ਅਮਨ ਸਿੰਘ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੀ ਫੋਟੋ ਦੇ ਮਾਮਲੇ ਨੂੰ ਲੈ ਕੇ ਜਿਹੜਾ ਸਿਆਸੀ ਕਮਾਸਾਂ ਵਿਗੜ ਗਿਆ ਹੈ ਉਸ ਨੂੰ ਲੈ ਕੇ ਤਾਜ਼ਾ ਅਪਡੇਟ ਇਹੀ ਹੈ ਫਿਲਹਾਲ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਹੁਣੇ ਜ਼ਰੂਰ ਕਿਹਾ ਹੈ ਕਿ ਇਸ ਮਾਮਲੇ ਦੇ ਪਿੱਛੇ ਕੋਈ ਡੂੰਗੀ ਸਾਜ਼ਿਸ਼ ਹੋ ਸਕਦੀ ਹੈ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਜੋ ਹੈ ਇਸ ਉੱਪਰ ਪੂਰੀ ਤਫਤੀਸ਼ ਕਰਾ ਰਹੀ ਹੈ ਜਾਂਚ ਕਰਵਾ ਰਹੀ ਹੈ ਪਹਿਲੇ ਸਿਰੇ ਤੋਂ ਲੈ ਕੇ ਅਖੀਰਲੇ ਸਿਰੇ ਤੱਕ ਪੂਰੀ ਤਫਤੀਸ਼ ਕੀਤੀ ਜਾਵੇਗੀ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਜਿਸ ਦਿਨ ਇਹ ਘਟਨਾ ਵਾਪਰੀ ਸੀ ਉਸੇ ਦਿਨ ਹੀ ਮੈਂ ਆਸ਼ੰਕਾ ਜਤਾਈ ਸੀ ਕਿ ਇਸ ਦੇ ਪਿੱਛੇ ਕੋਈ ਵੱਡੀ ਇਹ ਸਾਜ਼ਿਸ਼ ਹੋ ਸਕਦੀ ਹੈ ਆਖਿਰ ਜੋ ਲਖਬੀਰ ਸਿੰਘ ਹੈ ਜਿਸ ਦਾ ਕਤਲ ਕੀਤਾ ਗਿਆ ਹੈ ਉਹ ਲਖਬੀਰ ਸਿੰਘ ਜੋ ਹੈ ਕਿਵੇਂ ਸਿੰਘੂ ਬਾਰਡਰ ਤੇ ਪਹੁੰਚਿਆ ਤਰਨਤਾਰਨ ਤੋਂ ਤੇ ਉਸ ਤੋਂ ਬਾਅਦ ਉਸਨੇ ਕਿਵੇਂ ਬੇਅਦਬੀ ਮਾਮਲੇ ਦੀ ਘਟਨਾ ਨੂੰ ਅੰਜਾਮ ਦਿੱਤਾ ਸੋ ਕੌਣ ਉਸ ਲਖਬੀਰ ਸਿੰਘ ਨੂੰ ਉੱਥੇ ਲੈ ਕੇ ਗਿਆ ਅਤੇ ਕਿਸ ਨੇ ਉਸ ਨੂੰ ਨਿਹੰਗਾਂ ਦਾ ਬਾਣਾ ਜੋ ਹੈ ਪਹਿਨਾਇਆ ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਤੇ ਇਹ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਇਹ ਚੀਜ਼ਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਜੋ ਹੈ ਪੂਰੀ ਜਾਂਚ ਕਰੀਏ ਇਸ ਦੀ ਕਾਰਵਾਈ ਕੀਤੀ ਜਾ ਰਹੀ ਹੈ ਜੋ ਹੈ ਅਧਿਕਾਰੀਆਂ ਨੂੰ ਡਿਊਟੀ ਤੇ ਲਗਾ ਦਿੱਤਾ ਗਿਆ ਹੈ ਕਿ ਇਸ ਦੇ ਪਿੱਛੇ ਪੂਰੀ ਜਾਂਚ ਕੀਤੀ ਜਾਵੇ ਦੂਜੇ ਪਾਸੇ ਜੋ ਹੈ ਅਲੱਗ-ਅਲੱਗ ਸਿਆਸੀ ਪਾਰਟੀਆਂ ਵੱਲੋਂ ਵੀ ਇਸ ਦੇ ਉੱਪਰ ਜੋ ਹੈ ਪ੍ਰਤੀਕਿਰਿਆ ਜ਼ਰੂਰ ਆ ਰਹੀ ਹੈ ਕਾਂਗਰਸ ਦੀ ਗੱਲ ਕਰ ਲਈਏ ਭਾਜਪਾ ਦੀ ਗੱਲ ਕਰ ਲਈਏ ਤਾਂ ਇੱਕ ਸਿਆਸੀ ਮੁੱਦਾ ਹੋਰ ਇਹ ਬਣਦਾ ਜ਼ਰੂਰ ਦਿਖ ਰਿਹਾ ਹੈ ਤੇ ਕਾਂਗਰਸ ਦੇ ਜੋ ਕੌਮੀ ਬੁਲਾਰੇ ਨੇ ਰਣਦੀਪ ਸੁਰਜੇਵਾਲਾ ਉਹਨਾਂ ਨੇ ਵੀ ਟਵੀਟ ਕਰਕੇ ਇਸ ਦੇ ਉੱਪਰ ਜ਼ਰੂਰ ਲਿਖਿਆ ਹੈ ਕਿ ਇਸ ਦੇ ਉੱਪਰ ਜੋ ਹੈ ਭਾਜਪਾ ਨੂੰ ਜਵਾਬ ਦੇਣਾ ਚਾਹੀਦਾ ਹੈ ਇਸ ਦੇ ਉੱਪਰ ਜੋ ਹੈ ਕੇਂਦਰੀ ਖੇਤੀਬਾੜੀ ਮੰਤਰੀ ਨੇ ਨਰਿੰਦਰ ਤੋਮਰ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਸੋ ਆਪਣੇ ਆਫੀਸ਼ੀਅਲ ਜੋ ਪੰਜਾਬ ਕਾਂਗਰਸ ਦਾ ਟਵਿੱਟਰ ਹੈਂਡਲ ਹੈ ਆਫੀਸ਼ੀਅਲ ਉਸ ਦੇ ਉੱਪਰ ਵੀ ਟਵੀਟ ਕਰਕੇ ਜੋ ਹੈ ਸਵਾਲ ਚੱਕੇ ਗਏ ਨੇ ਤੁਹਾਨੂੰ ਦੱਸ ਜਾਈਏ ਕਿ ਸਾਫਟ ਉਰਤੇ ਕਿਹਾ ਗਿਆ ਹੈ ਕਿ ਸਿੰਕੂ ਕਤਲकांड ਦੀ ਜ਼ਿੰਮੇਵਾਰੀ ਲੈਣ ਵਾਲੇ ਮੁਲਜ਼ਮ ਦੀ ਬੀਜੇਪੀ ਨਾਲ ਕਾਫੀ ਨਿਰਤਾ ਦਿਖ ਰਹੀ ਹੈ ਨਰਿੰਦਰ ਤੋਮਰ ਤੁਸੀਂ ਅਤੇ ਤੁਹਾਡੇ ਸਾਥੀ ਹੁਣ ਤੱਕ ਮੂਕ ਦਰਸ਼ਕ ਬਣੇ ਨਹੀਂ ਰਹਿ ਸਕਦੇ ਖੇਤੀਬਾੜੀ ਮੰਤਰੀ ਨੂੰ ਕਾਂਗਰਸ ਵੱਲੋਂ ਪੁੱਛਿਆ ਗਿਆ ਕਿ ਦੱਸੋ ਇਸ ਸਾਰੀ ਘਟਨਾ ਵਿੱਚ ਤੁਹਾਡੀ ਕੀ ਭੂਮਿਕਾ ਸੀ ਸੋ ਸਵਾਲ ਕਈ ਨੇ ਤੇਜੋ ਪਰ ਬੀਜੇਪੀ ਆਗੂ ਸੁਰਜੀਤ ਜਾਨੀ ਦਾ ਕਹਿਣਾ ਕਿ ਬਗੈਰ ਮੁੱਦੇ ਦੇ ਗੱਲ ਕਰ ਰਹੇ ਨੇ ਕਾਂਗਰਸ ਦੇ ਬੁਲਾਰੇ ਅਤੇ ਨਾਲ ਦੇ ਨਾਲ ਉਹਨਾਂ ਕਿਹਾ ਹੈ ਕਿ ਸ਼ਾਇਦ ਕਾਂਗਰਸ ਪਾਰਟੀ ਕੋਲ ਹੋਰ ਮੁੱਦੇ ਨਹੀਂ ਹੈ ਇਸ ਕਰਕੇ ਅਜੇਹੇ ਮੁੱਦਿਆਂ ਦੇ ਉੱਪਰ ਗੱਲ ਕਰਕੇ ਜੋ ਹੈ ਇਲਜ਼ਾਮ ਲਗਾਏ ਜਾ ਰਹੇ ਨੇ ਬੀਜੇਪੀ ਦੇ ਉੱਪਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਵੀ ਇਸ ਦੇ ਪਿੱਛੇ ਇਸ ਪੂਰੇ ਘਟਨਾਕ੍ਰਮ ਦੇ ਪਿੱਛੇ ਇਹਨਾਂ ਤਸਵੀਰਾਂ ਵਾਇਰਲ ਹੋਣ ਦੇ ਪਿੱਛੇ ਕਿ ਇਹਨਾਂ ਤਸਵੀਰਾਂ ਦੇ ਪਿੱਛੇ ਕੀ ਸੱਚਾਈ ਹੈ ਉਸ ਦੇ ਪਿੱਛੇ ਵੱਡੀ ਸਾਜ਼ਿਸ਼ ਦੀ ਗੱਲ ਜ਼ਰੂਰ ਕਹੀ ਹੈ ਉਹਨਾਂ ਨੇ ਵੀ ਉਹਨਾਂ ਕਿਹਾ ਕਿ ਆਖਿਰ ਕਿਵੇਂ ਮੁਲਾਕਾਤ ਹੋਈ ਹੈ ਕਿਸ ਮ ਤੋਂ ਮੁਲਾਕਾਤ ਹੋਈ ਹੈ ਸੋ ਇਸ ਪੂਰੇ ਮਾਮਲੇ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਨਿਰਪੱਖ ਜਾਂਚ ਹੋਣੀ ਬਹੁਤ ਜ਼ਰੂਰੀ ਹੈ ਸਾਰੇ ਮੁੱਦਿਆਂ ਦਾ ਕਲੀਅਰ ਹੋਣਾ ਬਹੁਤ ਜ਼ਰੂਰੀ ਹੈ ਪਰ ਇਸ ਸਭ ਮਾਮਲੇ ਦੇ ਵਿੱਚ ਭਾਜਪਾ ਵੱਲੋਂ ਇਹ ਗੱਲ ਜ਼ਰੂਰ ਕਹੀ ਜਾ ਰਹੀ ਹੈ ਕਿ ਇੱਕ ਕੇਂਦਰੀ ਮੰਤਰੀ ਨੂੰ ਕੋਈ ਵੀ ਆ ਕੇ ਮਿਲ ਸਕਦਾ ਹੈ ਇਸ ਦੇ ਵਿੱਚ ਕੋਈ ਸਾਜ਼ਿਸ਼ ਵਾਲੀ ਗੱਲ ਨਹੀਂ ਕਹੀ ਜਾ ਸਕਦੀ ਤੇ ਨਾਲ ਦੀ ਨਾਲ ਆਮ ਆਦਮੀ ਪਾਰਟੀ ਤੋਂ ਐਮਐਲਏ ਕੁਲਤਾਰ ਸਿੰਘ ਸੰਧਵਾ ਵੱਲੋਂ ਵੀ ਇਸ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ ਹੈ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਇੱਕ ਤਰੀਕੇ ਦੇ ਨਾਲ ਜੋ ਇਹ ਕਿਸਾਨੀ ਅੰਦੋਲਨ ਹੈ ਉਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਹੁਣ ਤੱਕ ਅਸੀਂ ਸਾਰੇ ਜਾਣਦੇ ਆ ਕਿ ਤਕਰੀਬਨ 1 ਸਾਲ ਹੋ ਚੱਲਿਆ ਹੈ ਕਿ ਬੜੇ ਹੀ ਸ਼ਾਂਤੀਪੂਰਵਕ ਢੰਗ ਦੇ ਨਾਲ ਇਹ ਅੰਦੋਲਨ ਚੱਲ ਰਿਹਾ ਹੈ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਹਨ ਕਿ ਜੋ ਤਿੰਨ ਕਾਲੇ ਕਾਨੂੰਨ ਹਨ ਇਹਨਾਂ ਨੂੰ ਰੱਦ ਕੀਤਾ ਜਾਵੇ ਤੇ ਸਾਰੇ ਪਾਸੋਂ ਨਿਕਲ ਕੇ ਗੱਲ ਇਹ ਆ ਰਹੀ ਹੈ ਸਾਰੇ ਸਿਆਸੀ ਪਾਰਟੀਆਂ ਜੋ ਵਿਰੋਧ ਕਰ ਰਹੀਆਂ ਨੇ ਉਹਨਾਂ ਦਾ ਹੀ ਕਹਿਣਾ ਹੈ ਕਿ ਕਿਤੇ ਨਾ ਕਿਤੇ ਭਾਜਪੀ ਇੱਕ ਸਾਜ਼ਿਸ਼ ਰਚ ਕੇ ਇਸ ਅੰਦੋਲਨ ਨੂੰ ਢਾਹ ਲਾਣਾ ਚਾਹੁੰਦੀ ਹੈ ਇਸ ਅੰਦੋਲਨ ਨੂੰ ਬਦਨਾਮ ਕਰਨਾ ਚਾਹੁੰਦੀ ਹੈ ਤਾਂ ਕਿ ਇਸ ਅੰਦੋਲਨ ਨੂੰ ਖਤਮ ਕੀਤਾ ਜਾ ਸਕੇ ਸੋ ਕੀ ਕਹਿਣਾ ਸੀ ਆਮ ਆਦਮੀ ਪਾਰਟੀ ਤੋਂ ਐਮਐਲਏ ਕੁਲਤਾਰ ਸਿੰਘ ਸੰਵਾਦਾ ਤੁਸੀਂ ਖੁਦ ਸੁਣੋ ਨਦੀ ਜ਼ੁਬਾਨੀ ਸਿੰਗੂ ਬਾਰਡਰ ਤੇ ਹੋਈਆਂ ਘਟਾਵਾਂ ਨਾਲ ਸੰਬੰਧ ਦੇ ਇੱਕ ਨਿਹੰਗ ਸਿੰਘ ਦੀ ਫੋਟੋ ਕੇਂਦਰੀ ਮੰਤਰੀ ਨਾਲ ਔਰ ਭਾਜਪਾ ਦੇ ਨਿਤਾਵਾਂ ਦੇ ਨਾਲ ਆਉਣ ਨਾਲ ਕਈ ਸਾਰੇ ਸਵਾਲ ਖੜੇ ਹੁੰਦੇ ਨੇ ਔਰ ਅਸੀਂ ਕਿਉਂਕਿ ਬੀਜੇਪੀ ਦਾ ਇਤਿਹਾਸ ਰਿਹਾ ਕਿ ਅੰਦੋਲਨ ਨੂੰ ਕੁਚਲਣ ਲਈ ਉਹ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਉਹਨਾਂ ਨੇ ਕੀਤੀਆਂ ਕਦੇ ਉਹਨਾਂ ਨੂੰ ਅਤਵਾਦੀ ਗਰਦਾਨਿਆ ਕਦੇ ਉਥੇ ਧਾਰਮਿਕ ਭਾਵਨਾ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਹਰ ਤਰ੍ਹਾਂ ਦੇ ਸ਼ਰੈਨਤਰ ਉਹਨਾਂ ਨੇ ਰੱਖੇ ਸੋ ਇਹਦੀ ਇੱਕ ਉੱਚ ਪੱਧਰੀ ਜਾਂਚ ਦੀ ਆਮ ਆਦਮੀ ਪਾਰਟੀ ਮੰਗ ਕਰਦੀ ਹੈ ਤਾਂ ਕਿ ਸਾਡਾ ਭਾਈਚਾਰਾ ਸਲਾਮਤ ਰਹੇ ਔਰ ਜਿਹੜੀ ਦੇਸ਼ ਨੂੰ ਬਚਾਉਣ ਦੀ ਜਿਹੜੀ ਇੱਕ ਲੜਾਈ ਚੱਲ ਰਹੀ ਹੈ ਇਹ ਤਿੰਨ ਕਾਲੇ ਕਾਨੂੰਨਾਂ ਨੂੰ ਖੇਤੀਬਾੜੀ ਵਾਪਸ ਕਰਾਉਣ ਦੀ ਤੇ ਖੇਤੀਬਾੜੀ ਨੂੰ ਬਚਾਉਣ ਦੀ ਕਾਰਪੋਰੇਟਾਂ ਤੋਂ ਬਚਾਉਣ ਦੀ ਔਰ ਸਾਰੀਆਂ ਫਸਲਾਂ ਤੇ ਐਮਐਸਪੀ ਲੈਣ ਦੀ ਜਿਹੜੀ ਮੰਗ ਹੈ ਸਾਡੀ ਉਹਨੂੰ ਅਸੀਂ ਫੇਰ ਦਰਹਾਉਨੇ ਆ ਔਰ ਇਸ ਜਿਹੜਾ ਕਾਂਡ ਦੀ ਉਹ ਉਹ ਸੁਨਹਿنگ ਸਿੰਘ ਦੇ ਔਰ ਸਾਰੇ ਪ੍ਰਕਰਨ ਦੀ ਇੱਕ ਸੁਪਰੀਮ ਕੋਰਟ ਦੇ ਜੱਜ ਤੋਂ ਜਾਂਚ ਦੀ ਵੀ ਅਸੀਂ ਮੰਗ ਕਰਦੇ ਹਾਂ ਗੱਲ ਕਰਦੇ ਹਾਂ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਇੱਕ ਵਫਦ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਮੁਲਾਕਾਤ ਕੀਤੀ ਅਤੇ ਆਪਣੀਆਂ ਮੁਸ਼ਕਲਾਂ ਜੋ ਹੈ ਉਹਨਾਂ ਨੂੰ ਦੱਸਿਆ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਲੋਕਾਂ ਵੱਲੋਂ ਚੁਣੇ ਗਏ ਵਿਧਾਇਕਾਂ ਨੂੰ ਜੋ ਹੈ ਹਲਕੇ ਦੇ ਵਿਕਾਸ ਕਾਰਜਾਂ ਵਾਸਤੇ ਐਮਐਲਏ ਲੈਂਡ ਫੰਡ ਅਤੇ ਲੋਕਲ ਏਰੀਆ ਫੰਡ ਜਾਰੀ ਨਹੀਂ ਕੀਤੇ ਜਾ ਰਹੇ ਜਿਸ ਕਰਕੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਨੇ ਜੋ ਹੈ ਇਸ ਵਿਤਕਰੇ ਦੀ ਗੱਲ ਜੋ ਹੈ ਸੀਐਮ ਚੰਨੀ ਦੇ ਨਾਲ ਆਪਣੀ ਡਿਸਕਸ ਕੀਤੀ ਅਤੇ ਕਿਹਾ ਕਿ ਸਾਨੂੰ ਫੰਡ ਜਾਰੀ ਕੀਤੇ ਜਾਣੇ ਚਾਹੀਦੇ ਹਨ ਤਾਂ ਕਿ ਜੋ ਸੀ ਆਪਣੇ ਹਲਕੇ ਦੇ ਵਿੱਚ ਵਿਕਾਸ ਕਾਰਜਾਂ ਨੂੰ ਸਹੀ ਤਰੀਕੇ ਨਾਲ ਨਿਪਟਾਰੇ ਚਾ ਸਕੀਏ ਤੇ ਇਸ ਸਾਰੀਆਂ ਮੁਸ਼ਕਲਾਂ ਜਦੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੁਣੀਆਂ ਤੇ ਉਹਨਾਂ ਨੇ ਜ਼ਰੂਰ ਇਸ ਆਪ ਦੇ ਵਫਦ ਨੂੰ ਭਰੋਸਾ ਦਿਵਾਇਆ ਕਿ ਜਲਦੀ ਹੀ ਇਹ ਫੰਡ ਜਾਰੀ ਕੀਤੇ ਜਾਣਗੇ ਤਾਂ ਕਿ ਉਹ ਆਪਣੇ ਆਪਣੇ ਹਲਕੇ ਦੇ ਵਿੱਚ ਲੋਕਾਂ ਦੇ ਹਿੱਤਾਂ ਵਿੱਚ ਵਿਕਾਸ ਕਰ ਸਕਣ ਜਿਹੜੇ ਵੀ ਵਿਕਾਸ ਕਾਰਜ ਰੁਕੇ ਹੋਏ ਹਨ ਉਹ ਜਲਦੀ ਤੋਂ ਜਲਦੀ ਪੂਰੇ ਕਰ ਲਏ ਜਾਣ ਅਗੋ ਗੱਲ ਕਰ ਲਈਏ ਪੰਜਾਬ ਦੇ ਵਿੱਚ ਡੀਪੀ ਸੰਕਟ ਨੂੰ ਲੈ ਕੇ ਪੰਜਾਬ ਦੇ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਬਾ ਨੇ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਮਨਸੂਖ ਮੰਡਵਿਆ ਦੇ ਨਾਲ ਮੁਲਾਕਾਤ ਕੀਤੀ ਅਤੇ ਦੱਸਿਆ ਕਿ ਕਿਸ ਤਰੀਕੇ ਨਾਲ ਇਹ ਸੰਕਟ ਛਾਇਆ ਹੋਇਆ ਹੈ ਤੇ ਕਿੰਨੀ ਜ਼ਰੂਰੀ ਹੈ ਇਸ ਸਮੇਂ ਡੀਪੀ ਦੀ ਪੂਰਤੀ ਕਰਨੀ ਔਰ ਜੋ ਸੰਕਟ ਹੈ ਇਸ ਨੂੰ ਲੈ ਕੇ ਉਹਨਾਂ ਨੇ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਉਹਨਾਂ ਦੇ ਨਾਲ ਸਾਂਝੀ ਕੀਤੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿੱਚ ਡੀਪੀ ਸੰਕਟ ਦੇ ਮੱਦੇਨਜ਼ਰ ਸੂਬੇ ਦੇ ਖੇਤੀਬਾੜੀ ਕਿਸਾਨ ਪਲਾਈਏ ਤੇ ਫੂਡ ਪ੍ਰੋਸੈਸਿੰਗ ਮੰਤਰੀ ਦੀਪ ਸਿੰਘ ਨਾਬਾ ਦੀ ਦਖਲਅੰਦਾਜ਼ੀ ਤੋਂ ਬਾਅਦ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਮਨਸੂਖ ਮਾਂਡਵਿਆ ਨੇ ਅੱਜ ਪੰਜਾਬ ਨੂੰ 3-4 ਦਿਨਾਂ ਦੇ ਅੰਦਰ ਹੀ ਡੀਪੀ ਦੇ 10 ਰੈਕ ਐਨਪੀਕੇ ਦੇ ਵੰਜ ਰੈਕ ਅਤੇ ਐਸਐਸਪੀ ਦੇ 2 ਰੈਕ ਸਪਲਾਈ ਕਰਨ ਦਾ ਭਰੋਸਾ ਦਿੱਤਾ ਪੰਜਾਬ ਦੀ ਮੰਗ ਨੂੰ ਮੰਨਦੇ ਹੋਏ ਕੇਂਦਰੀ ਮੰਤਰੀ ਨੇ ਆਉਣ ਵਾਲੇ ਮਹੀਨੇ ਨਵੰਬਰ ਅਤੇ ਦਸੰਬਰ ਵਿੱਚ ਪੰਜਾਬ ਨੂੰ ਯੂਰੀਆ ਦੀ ਟੁਕਵੀ ਸਪਲਾਈ ਦੇਣ ਦਾ ਵੀ ਭਰੋਸਾ ਦਿੱਤਾ ਸੂਬੇ ਵਿੱਚ ਸਰਕਾਰੀ ਕਾਲਜਾਂ ਵਿੱਚ ਭਰਤੀਆਂ ਨੂੰ ਲੈ ਕੇ ਸਟਾਫ ਦੀ ਭਰਤੀ ਨੂੰ ਲੈ ਕੇ ਜੋ ਲੰਬੇ ਸਮੇਂ ਤੋਂ ਮੰਗ ਚੱਲ ਰਹੀ ਸੀ ਉਸ ਨੂੰ ਵੇਖਦਿਆਂ ਹੋਇਆ ਉਚੇਰੀ ਸਿੱਖਿਆ ਤੇ ਪਾਸ਼ਾਵਾਂ ਬਾਰੇ ਮੰਤਰੀ ਪ੍ਰਗਟ ਸਿੰਘ ਨੇ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਪਹੁੰਚ ਕੇ ਜੋ ਹੈ ਯਕੀਨੀ ਬਣਾਇਆ ਐਲਾਨ ਕੀਤਾ ਕਿ 1158 ਅਸਾਮੀਆਂ ਦੀ ਭਰਤੀ ਕੀਤੀ ਜਾਏਗੀ ਅਤੇ ਨਾਲ ਦੀ ਨਾਲ ਤੁਹਾਂ ਦਾ ਜ਼ਈਏ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਹੋਰ ਵੀ ਕਈ ਤਰ੍ਹਾਂ ਦਾ ਭਰੋਸਾ ਜਤਾਇਆ ਆ ਕਾਲਜ ਯੂਨੀਵਰਸਿਟੀ ਕਾਉਂਟਰ ਦੀਆਂ ਮੰਗਾਂ ਨੂੰ ਲੈ ਕੇ ਯੂਨੀਵਰਸਿਟੀ ਤੇ ਕਾਲਜਾਂ ਦੀ ਐਸੋਸੀਏਸ਼ਨ ਦੇ ਚਾਰਲ ਰਹੀ ਲੜੀਵਾਰ ਭੁਖ ਹੜਤਾਲ ਨੂੰ ਖਤਮ ਕਰਵਾਉਣ ਮੌਕੇ ਉਹਨਾਂ ਨੇ ਇਹ ਕੁਝ ਗੱਲਾਂ ਕਹੀਆਂ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਤੁਹਾਨੂੰ ਦੱਸ ਜਾਈਏ ਕਿ ਇਸ ਮੌਕੇ ਤੇ ਉਹਨਾਂ ਨੇ ਕਿਹਾ ਹੈ ਕਿ ਸਿੱਖਿਆ ਵਿਭਾਗ ਵੱਲੋਂ 1158 ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ ਇਹ ਭਰਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਚੋਣ ਕਮੇਟੀਆਂ ਬਣਾ ਕੇ ਕੀਤੀ ਜਾਵੇਗੀ ਜਿਸ ਨੂੰ 45 ਦਿਨਾਂ ਅੰਦਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਇੱਕ ਵਾਰ ਫਿਰ ਤੋਂ ਅੰਦਾਜ਼ੀ ਹੈ ਕਿ ਇਹ ਗੱਲ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਪ੍ਰਗਟ ਸਿੰਘ ਨੇ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਕਾਲਜ ਯੂਨੀਵਰਸਿਟੀ ਕਾਡਰ ਦੀਆਂ ਮੰਗਾਂ ਨੂੰ ਲੈ ਕੇ ਯੂਨੀਵਰਸਿਟੀ ਤੇ ਕਾਲਜਾਂ ਦੀ ਐਸੋਸੀਏਸ਼ਨ ਦੀ ਚੱਲ ਰਹੀ ਲੜੀਵਾਰ ਭੁਖੜ ਹੜਤਾਲ ਨੂੰ ਖਤਮ ਕਰਵਾਉਣ ਮੌਕੇ ਕਹੇ ਪਗਤ ਸਿੰਘ ਨੇ ਕਿਹਾ ਕਿ ਸਰਕਾਰੀ ਕਾਲਜਾਂ ਵਿੱਚ ਟੀਚਿੰਗ ਕਾਡਰ ਦੀਆਂ 1091 ਅਤੇ ਲਾਇਬ੍ਰੇਰੀਅਨ ਦੀਆਂ 67 ਅਸਾਮੀਆਂ ਦੀ ਭਰਤੀ ਨੂੰ 45 ਦਿਨਾਂ ਅੰਦਰ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਭਰਤੀ UGC ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹੋਵੇਗੀ। ਇਹ ਭਰਤੀ ਸਿਰਫ ਲਿਖਤੀ ਟੈਸਟ ਦੇ ਆਧਾਰ ਉੱਤੇ ਨਿਰੋਲ ਮੈਰਿਟ ਅਨੁਸਾਰ ਕੀਤੀ ਜਾਵੇਗੀ, ਜਿਸ ਵਿੱਚ ਕੋਈ ਇੰਟਰਵਿਊ ਦੇ ਨੰਬਰ ਨਹੀਂ ਰੱਖੇ ਜਾਣਗੇ। ਦੋਵੇਂ ਸੰਬੰਧਿਤ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਦੀ ਅਗਵਾਈ ਵਿੱਚ ਚੋਣ ਕਮੇਟੀ ਬਣੇਗੀ ਇਸੇ ਤਰ੍ਹਾਂ ਸਰਕਾਰ ਵੱਲੋਂ ਚਲਾਏ ਜਾ ਰਹੇ ਕਾਲਜਾਂ ਵਿੱਚ ਗੈਸਟ ਫੈਕਲਟੀ ਪਾਰਟ ਟਾਈਮ ਅਤੇ ਠੇਕੇ ਉੱਤੇ ਕੰਮ ਕਰ ਰਹੇ ਲੈਕਚਰਾਰਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹਾਂ ਉਹਨਾਂ ਨੂੰ ਅਪਲਾਈ ਕਰਨ ਲਈ ਉੱਪਰਲੀ ਉਮਰ ਹੱਦ ਵਿੱਚ ਛੋਟ ਅਤੇ ਤਜਰਬੇ ਦੇ ਨੰਬਰ ਵੀ ਦਿੱਤੇ ਜਾਣਗੇ ਇਸ ਮੌਕੇ ਉਹਨਾਂ ਨੇ ਇਹ ਵੀ ਆਖਿਆ ਕਿ ਸੂਬੇ ਦੀ ਨੌਜਵਾਨਾਂ ਨੂੰ ਸਹੀ ਸੇਧ ਦੇਣ ਅਤੇ ਸੂਬੇ ਦੇ ਸੁਨਹਿਰੀ ਭਵਿੱਖ ਵਾਸਤੇ ਉੱਚ ਸਿੱਖਿਆ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਵੇਗੀ ਅਤੇ ਸੂਬੇ ਦੀ ਖੁਸ਼ ਖਾਲੀ ਲਈ ਉਚੇਰੀ ਸਿੱਖਿਆ ਖੇਤਰ ਵਿੱਚ ਵੱਡੇ ਸੁਧਾਰਾਂ ਦੀ ਲੋੜ ਹੈ ਜਿਸ ਲਈ ਇਸ ਖੇਤਰ ਨਾਲ ਜੁੜੇ ਮਾਹਿਰਾਂ ਤੇ ਸਿੱਖਿਆ ਸ਼ਾਸਤਰੀਆਂ ਦੀ ਕਮੇਟੀ ਬਣਾ ਕੇ ਸੇਧ ਲਈ ਜਾਵੇਗੀ। ਪੰਜਾਬ ਯੂਨੀਵਰਸਿਟੀ ਵਿਖੇ ਚੰਡੀਗੜ੍ਹ ਵਿਖੇ ਪੰਜਾਬ ਫੈਡਰੇਸ਼ਨ ਆਫ ਯੂਨੀਵਰਸਿਟੀ ਐਂਡ ਕਾਲਜ ਟੀਚਰਸ ਆਰਗੇਨਾਈਜੇਸ਼ਨ ਅਤੇ ਪੰਜਾਬ ਚੰਡੀਗੜ੍ਹ ਕਾਲਜ ਟੀਚਰਸ ਐਸੋਸੀਏਸ਼ਨ ਦੇ ਬੈਨਰ ਹੇਠ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਦੇ 45ਵੇਂ ਦਿਨ ਅੱਜ ਡਾਕਟਰ ਸੁਰਿੰਦਰ ਸਿੰਘ, ਡਾਕਟਰ ਅਨੀਸ਼ ਸੋਨੀ, ਪ੍ਰੋਫੈਸਰ ਰਮਨ ਕੁਮਾਰ, ਡਾਕਟਰ ਹਰਜਿੰਦਰ ਕੌਰ ਤੇ ਡਾਕਟਰ ਮਨਪ੍ਰੀਤ ਸਿੰਘ ਪੁੜ੍ਹੇ ਪੋਖੜ ਹੜਤਾਲ ਉਤੇ ਬੈਠੇ ਸਨ ਜਿਨ੍ਹਾਂ ਨੂੰ ਵੇਰਕਾ ਦੀ ਲੱッセ ਪਿਆ ਕੇ ਪ੍ਰਗਟ ਸਿੰਘ ਨੇ ਉਹਨਾਂ ਦੀ ਪੋਖੜ ਹੜਤਾਲ ਨੂੰ ਖਤਮ ਕਰਵਾਇਆ ਡਿਸਕਸ਼ਨ ਹੋਈ ਆ ਮੈਨੂੰ ਲੱਗਦਾ ਕਿ ਉਹ ਬੜੀ ਯੂਸਫੁਲ ਹੈ ਰਾਦਰ ਕੇ ਮੈਂ ਤਾਂ ਇਹ ਰਿਕਵੈਸਟ ਕੀਤੀ ਆ ਕਿ ਅਸਲੀ ਗੱਲ ਹੈ ਸਰਕਾਰ ਦੇ ਵਿੱਚ ਤੇ ਲੋਕਾਂ ਦੇ ਵਿੱਚ ਜਾਂ ਸਿਸਟਮ ਦੇ ਵਿੱਚ ਗੈਪ ਆਉਂਦਾ ਹੈ ਔਰ ਉਸ ਗੈਪ ਨੂੰ ਆਪਾਂ ਸਾਰੇ ਜਣੇ ਬ੍ਰਿਜ ਕਰ ਸਕਦੇ ਹਾਂ ਔਰ এডਿਕੇਸ਼ਨ ਹਾਇਰ এডਿਕੇਸ਼ਨ ਨੂੰ ਆਪਾਂ ਕੋ ਦਾਰਨੀ ਕਿਉਂਕਿ ਆਪਣੀ ਆਉਣ ਵਾਲੀ ਪੀੜ੍ਹੀ ਮਿਲਦਾ ਜੀ ਬਿਲਕੁਲ ਬਿਲਕੁਲ ਔਰ ਉਹਦੇ ਲਈ ਤੁਸੀਂ ਰਾਦਰ ਸਾਨੂੰ ਗਾਈਡ ਕਰੋ ਸਪੋਰਟ ਕਰੋ ਆਪਾਂ ਸਾਰੇ ਰਲ ਕੇ ਕਿਉਂਕਿ ਪੰਜਾਬ ਕਿਸੇ ਦਾ ਇਕੱਲਾ ਨਹੀਂ ਜੀ ਕਿਉਂਕਿ ਜਦੋਂ ਜੇ এডਿਕੇਸ਼ਨ ਆਪਣੀ ਜਿਵੇਂ ਕਿ ਸਰ ਬਿਲਕੁਲ ਟੌਨ ਟਲੇ ਪੰਜਾਬ ਦੇ ਵਿੱਚ ਬੀਐਸਐਫ ਦਾ ਅਧਿਕਾਰ ਖੇਤਰ ਵਧਾਉਣ ਦੇ ਨਾਲ ਕੇਂਦਰ ਦੇ ਇਸ ਫੈਸਲੇ ਦੇ ਨਾਲ ਪੰਜਾਬ ਦੀ ਆਰਥਿਕ ਖੁਸ਼ਹਾਲੀ ਨੂੰ ਟਾ ਲੱਗੇਗੀ ਸੱਟ ਲੱਗੇਗੀ ਇਹ ਕਹਿਣਾ ਹੈ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਕਿਉਂ ਕੋਈ ਉਦਯੋਗ ਪੰਜਾਬ ਦੇ ਵਿੱਚ ਨਿਵੇਸ਼ ਕਰੇਗਾ ਜਦ ਉਸ ਨੂੰ ਲੱਗੇਗਾ ਕਿ ਪੰਜਾਬ ਦਾ ਕਾਫੀ ਜੋ ਏਰੀਆ ਹੈ ਕਾਫੀ ਖੇਤਰ ਹੈ ਜੋ ਅਸੁਰੱਖਿਅਤ ਹੈ ਕਿਉਂਕਿ ਜਦੋਂ ਬੀਐਸਐਫ ਦਾ ਅਧਿਕਾਰ ਖੇਤਰ ਵਧਾ ਦਿੱਤਾ ਜਾਏਗਾ ਤਾਂ ਉਦਯੋਗ ਵਾਲੇ ਨੂੰ ਨਿਵੇਸ਼ ਕਰਨ ਵੇਲੇ ਇੱਕ ਡਰ ਦਾ ਮਾਹੌਲ ਜ਼ਰੂਰ ਲੱਗੇਗਾ ਤਾਂ ਜਿਸ ਦੇ ਨਾਲ ਸਿੱਧੇ ਤੌਰ ਤੇ ਪੰਜਾਬ ਦੀ ਆਰਥਿਕ ਖੁਸ਼ਹਾਲੀ ਤੇ ਸੱਟ ਜ਼ਰੂਰ ਵਜੇਗੀ ਇਸ ਦੇ ਨਾਲ ਹੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਸਰਹਦੀ ਸੂਬੇ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ ਹਿਮਾਚਲ ਪ੍ਰਦੇਸ਼ ਵਰਗੇ ਗੁਆਂਢੀ ਸੂਬਿਆਂ ਨੂੰ ਪੂੰਜੀ ਨਿਵੇਸ਼ ਸਬਸਿਡੀ ਲਈ ਵਿਸ਼ੇਸ਼ ਪ੍ਰੋਤਸਾਹਨ ਪੈਕੇਜ ਦਿੱਤਾ ਗਿਆ ਜਦਕਿ ਪੰਜਾਬ ਵਿੱਚ बीएसएफ ਦੇ ਅਧਿਕਾਰ ਖੇਤਰ ਨੂੰ 15 ਕਿਲੋਮੀਟਰ ਤੋਂ 50 ਕਿਲੋਮੀਟਰ ਤੱਕ ਵਧਾ ਕੇ ਇੱਕ ਹੋਰ ਵੱਡਾ ਝਟਕਾ ਦਿੱਤਾ ਗਿਆ ਹੈ ਇਸ ਨਾਲ ਨਿਵੇਸ਼ਕਾਂ ਦੇ ਵਿੱਚ ਡਰ ਅਤੇ ਅਸੁਰੱਖਿਅਤ ਹੋਣ ਦੀ ਭਾਵਨਾ ਪੈਦਾ ਹੁੰਦੀ ਹੈ ਰਾਣਾ ਗੁਰਜੀਤ ਸਿੰਘ ਨੇ ਪੁੱਛਿਆ ਕਿ ਨਿਵੇਸ਼ਕ 25000 ਵਰਗ ਕਿਲੋਮੀਟਰ ਸਰਹਦੀ ਪੱਟੀ ਵਿੱਚ ਨਿਵੇਸ਼ ਕਿਉਂ ਕਰੇਗਾ ਜਦੋਂ ਇਹ ਖੇਤਰ ਸੁਰੱਖਿਆ ਬਲ ਦੇ ਅਧਿਕਾਰ ਖੇਤਰ ਅਧੀਨ ਹੈ ਇਥੋਂ ਤੱਕ ਕਿ ਘਰੇਲੂ ਉਨਤ ਉਦਯੋਗਾਂ ਦੇ ਨਾਲ ਲੱਗਦੀਆਂ ਉਦਯੋਗਿਕ ਇਕਾਈਆਂ ਵੀ ਸੁਰੱਖਿਤ ਥਾਵਾਂ ਤੇ ਜਾਣ ਬਾਰੇ ਵਿਚਾਰ ਕਰ ਰਹੀਆਂ ਹਨ ਪੰਜਾਬ ਪਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਖੇਤੀ ਪ੍ਰਧਾਨ ਸੂਬੇ ਨਾਲ ਮਤਰਈ ਮਾਵਾਲਾ ਸਲੂਕ ਕਰਨ ਲਈ ਮੋਦੀ ਸਰਕਾਰ ਤੇ ਵਰਦਿਆ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪੰਜ ਉੱਤਰ ਪੂਰਬੀ ਸੂਬਿਆਂ ਮਨੀਪੁਰ ਮਿਜ਼ੋਰਮ ਤ੍ਰਿਪੁਰਾ ਨਾਗਾਲੈਂਡ ਅਤੇ ਮੇਘਾਲਿਆ ਵਿੱਚ ਅਧਿਕਾਰ ਖੇਤਰ 20 ਕਿਲੋਮੀਟਰ ਤੱਕ ਘਟਾ ਦਿੱਤਾ ਗਿਆ ਹੈ ਜਿਨ੍ਹਾਂ ਦਾ ਅਧਿਕਾਰ ਖੇਤਰ 80 ਕਿਲੋਮੀਟਰ ਸੀ Gujarat ਵਿੱਚ ਇਸ ਨੂੰ 80 ਤੋਂ ਘਟਾ ਕੇ 50 ਕਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਅਸੰਤੁਲਨ ਲੈਂਡ ਲੌਕਡ ਰਾਜਾਂ ਵਿੱਚ ਵਪਾਰ, ਵਣਜ ਅਤੇ ਉਦਯੋਗ ਨੂੰ ਪ੍ਰਭਾਵਿਤ ਕਰੇਗਾ। ਇਸ ਤੋਂ ਇਲਾਵਾ ਕੇਂਦਰੀ ਅਤੇ ਰਾਜ ਏਜੰਸੀਆਂ ਵਿੱਚ ਤਣਾਅ ਪੈਦਾ ਕਰੇਗਾ। ਰਾਣਾ ਗੁਰਜੀਤ ਨੇ ਵੀ ਕਿਹਾ ਕਿ ਕਣਕ ਅਤੇ ਚੌਲਾਂ ਦੀ ਨਮੀ ਵਾਲੀ ਪੈਦਾਵਾਰ ਕਾਰਨ ਪੰਜਾਬ ਪਹਿਲਾਂ ਹੀ ਆਰਥਿਕ ਸੰਕਟਾਂ ਦਾ ਸਾਹਮਣਾ ਕਰ ਰਿਹਾ ਹੈ ਪਾਣੀ ਦੇ ਲਗਾਤਾਰ ਘਟ ਰਹੇ ਪੱਧਰ ਨਾਲ ਪੰਜਾਬ ਇੱਕ ਮਾਰੂਥਲ ਸੂਬਾ ਬਣ ਜਾਵੇਗਾ ਪੰਜਾਬ ਦੇ ਖੇਤੀ ਖੇਤਰ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ ਪੰਜਾਬ ਬਾਸਮਤੀ ਚਾਵਲ ਅਤੇ ਮਿਆਰੀ ਸਬਜ਼ੀਆਂ ਦਾ ਪ੍ਰਮੁੱਖ ਉਤਪਾਦਕ ਹੈ ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਇਸ ਜ਼ੋਨ ਤੋਂ ਬਾਸਮਤੀ ਚੌਲਾਂ ਦੇ ਨਿਰਯਾਤ ਦੀ ਇਜਾਜ਼ਤ ਦਿੱਤੀ ਜਾਵੇ ਤੇ ਸਬਜ਼ੀਆਂ ਲਈ ਪ੍ਰੋਸੈਸਿੰਗ ਯੂਨਿਟਾਂ ਨੂੰ ਸਥਾਪਿਤ ਕੀਤਾ ਜਾਵੇ ਤਾਂ ਜੋ ਕਿਸਾਨ ਆਪਣੀ ਉਪਜ ਨੂੰ ਲਾਭਦਾਇਕ ਬਣਾ ਸਕਣ ਇਹ ਜਿਹੜਾ ਟੌਪਿਕ ਹੈ ਨਾ ਜੀ ਅੱਜ ਬੀਐਸਐਫ ਨੂੰ ਜਾਂ ਸੈਂਟਰਲ ਆਰਮਡ ਫੋਰਸੇਸ ਨੂੰ 50 ਕਿਲੋਮੀਟਰ ਦਾ ਏਰੀਆ ਆਪਾਂ ਸਮਰਪਿਤ ਕਰਨਾ ਹੀ ਕਹਿ ਸਕਦੇ ਵਿੱਚ ਮੇ ਨਾਟ ਲੁੱਕ ਗੁੱਡ ਬਟ ਇਹ ਇਨਜਸਟਿਸ ਹੈ ਸਾਡੇ ਨਾਲ ਮੈਂ ਇਹਨੂੰ ਕੰਡਮ ਕਰਦਾ ਔਰ ਇਹ ਦੇ ਨਾਲ ਪੰਜਾਬ ਦਾ ਪੰਜਾਬ ਚ ਆਮ ਬੰਦੇ ਦੇ ਦਿਮਾਗ ਚ फियर्स साइकोसिस ਦਾ ਮਾਹੌਲ ਹੋ ਜਾਏਗਾ ਚਾਹੇ ਉਹ ਉਥੇ ਰਹਿੰਦੇ ਲੋਕ ਨੇ ਚਾਹੇ ਉਥੇ ਇੰਡਸਟਰੀਆ ਟਰੇਡ ਹੈ ਤੇ ਸਾਡੇ ਸਟੇਟ ਚ ਪਹਿਲਾਂ ਵੀ ਇਨਵੈਸਟਮੈਂਟ ਉਹਨੇ ਜੋੜਨਾ ਨਹੀਂ ਹੋ ਰਹੀ ਜਿੰਨੇ ਹੋਣੀ ਚਾਹੀਦੀ ਇਹ ਤਾਂ ਬਿਲਕੁਲ ਰੁਕ ਜਾਏਗੀ ਔਰ ਖਤਰਾ ਹੈ ਇਹ ਆ ਕਿ ਕਿ ਸਾਰੇ ਪੰਜਾਬ ਚ ਕਿਤੇ ਲੋਗ ਇੰਡਸਟਰੀਸਟ ਤੋਂ ਪਲਾਨ ਨਾ ਕਰ ਜਾਏ ਸੋ ਪੰਜਾਬ ਦੇ ਵਿੱਚ ਲਗਾਤਾਰ ਵਧਦੇ ਜਾ ਰਹੇ ਹਨ ਡੇਂਗੂ ਦੇ ਮਾਮਲੇ ਜੀहां ਅਗਰ ਅਸੀਂ ਗੱਲ ਕਰੀਏ ਅੰਕੜਿਆਂ ਦੀ ਤਾਂ ਪਿਛਲੇ ਸਾਲ ਦੇ ਮੁਕਾਬਲੇ 3 ਗੁਣਾ ਜ਼ਿਆਦਾ ਮਾਮਲੇ ਇਸ ਸਾਲ ਦੇਖੇ ਜਾ ਰਹੇ ਨੇ ਡੇਂਗੂ ਦੇ ਤੇ ਇਸ ਕਰਕੇ ਪੰਜ ਰਾਜਾਂ ਵਿੱਚ ਜਿੱਥੇ ਜ਼ਿਆਦਾ ਡੇਂਗੂ ਦੇ ਮਾਮਲੇ ਆ ਰਹੇ ਹਨ ਸਭ ਚੀਜ਼ਾਂ ਨੂੰ ਵੇਖਦਿਆਂ ਹੋਏ ਆ ਪੰਜਾਬ ਦੇ ਸਿਹਤ ਮੰਤਰੀ ਅਤੇ ਉਪ ਮੁੱਖ ਮੰਤਰੀ ਓਪੀ ਸੋਨੀ ਨੇ ਅੱਜ ਇੱਕ ਮੀਟਿੰਗ ਕੀਤੀ ਇੱਕ ਕਮੇਟੀ ਦਾ ਗਠਨ ਕੀਤਾ ਅਤੇ ਸਾਫ਼ ਤੌਰ ਤੇ ਕਿਹਾ ਕਿ ਜਿਨ੍ਹਾਂ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਡੇਂਗੂ ਦੇ ਮਾਮਲੇ ਆ ਰਹੇ ਨੇ ਉੱਥੇ ਬਹੁਤੀ ਜਾਂਚ ਕੀਤੀ ਜਾਏਗੀ ਘਰਾਂ ਦੇ ਵਿੱਚ ਜਾ ਕੇ ਵੀ ਜੋ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਹਾਂ ਜਾਂਚ ਕੀਤੀ ਜਾਏਗੀ ਕਿ ਕਿਤੇ ਪਾਣੀ ਖੜਾ ਤਾਂ ਨਹੀਂ ਹੁੰਦਾ ਕਿਤੇ ਡੇਂਗੂ ਦਾ ਲਾਰਵਾ ਤਾਂ ਨਹੀਂ ਬਣ ਰਿਹਾ ਹੈ ਸੋ ਇਹ ਜਾਂਚ ਕਰਕੇ ਯਕੀਨੀ ਬਣਾਇਆ ਜਾਏਗਾ ਤੇ ਨਾਲ ਦੀ ਨਾਲ ਜੋ ਦਵਾਈ ਛੜਕੀ ਜਾਂਦੀ ਹੈ ਗਲੀ ਮੁਹੱਲਿਆਂ ਦੇ ਵਿੱਚ ਉਸ ਦੀ ਵੀ ਜੋ ਹੈ ਰੇਸ਼ੋ ਵਧਾਈ ਜਾਏਗੀ ਜਿਆਦਾ ਤੋਂ ਜਿਆਦਾ ਉਹ ਛੜਕਾ ਕੀਤਾ ਜਾਏਗਾ ਤਾਂ ਕਿ ਡੇਂਗੂ ਦੇ ਮੱਛਰ ਨੂੰ ਖਤਮ ਕੀਤਾ ਜਾ ਸਕੇ ਤੇ ਨਾਲ ਦੀ ਨਾਲ ਜੋ ਵੱਡੀ ਗੱਲ ਹੈ ਕੇ ਜਿੰਨੇ ਵੀ ਪ੍ਰਾਈਵੇਟ ਹਸਪਤਾਲ ਨੇ ਨੀਜੀ ਹਸਪਤਾਲ ਨੇ ਉਹਨਾਂ ਦੇ ਵਿੱਚ ਡੇਂਗੂ ਟੈਸਟ ਦੀ ਕੀਮਤ 600 ਰੁਪਏ ਤੈਅ ਕਰ ਦਿੱਤੀ ਗਈ ਹੈ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦਾ ਜੋ ਟੈਸਟ ਹੈ ਫ੍ਰੀ ਹੁੰਦਾ ਹੈ ਸੋ ਇਸ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਆਸ-ਪਾਸ ਵੀ ਬਿਲਕੁਲ ਧਿਆਨ ਰੱਖੋ ਕਿ ਕਿਤੇ ਪਾਣੀ ਜਮਾ ਨਾ ਹੁੰਦਾ ਹੋਵੇ ਕਿਉਂਕਿ ਜਿੱਥੇ ਪਾਣੀ ਜਮਾ ਹੁੰਦਾ ਹੈ ਉੱਥੇ ਹੀ ਡੇਂਗੂ ਦਾ ਮੱਛਰ ਜੋ ਹੈ ਪੈਦਾ ਹੋ ਜਾਂਦਾ ਹੈ ਸੋ ਤੁਸੀਂ ਅਗਰ ਧਿਆਨ ਰੱਖੋਗੇ ਤਾਂ ਜ਼ਰੂਰ ਆਪਣੇ ਪਰਿਵਾਰ ਨੂੰ ਆਪਣੇ ਆਲੇ-ਦੁਆਲੇ ਨੂੰ ਡੇਂਗੂ ਤੋਂ ਸੁਰੱਖਿਅਤ ਬਣਾ ਸਕੋਗੇ ਸੋ ਇਸ ਹਨ ਅੱਜ ਪੰਜਾਬ ਦੀਆਂ ਦਿਨ ਭਰ ਦੀਆਂ ਖਾਸ ਬਰਾ ਫਿਰ ਕੱਲ ਹਾਜ਼ਰ ਹੋਵਾਂਗੇ ਜੀ ਇਸੇ ਸਮੇਂ ਤੇ ਲੈ ਕੇ ਪੰਜਾਬ ਦੀਆਂ ਦਿਨ ਭਰ ਦੀਆਂ ਖਬਰਾਂ ਫਿਲਹਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਦਿਉ ਇਜਾਜ਼ਤ ਤਨਵਾਦ